ਪਹਿਲਾਂ ਤਾਂ ਮੈਂ ਇਹ ਗੱਲ ਥੋੜੀ ਜੀ ਕਰਨਾ ਅंदोलਨ ਚ ਅਸੀਂ ਕੀ ਖਟਿਆ ਕੀ ਗਮਾਇਆ 700 ਸਾਡਾ ਕਿਸਾਨ ਮਜ਼ਦੂਰ ਔਰਤਾਂ ਬੱਚੇ ਉੱਥੇ ਸ਼ਿਰਕਤ ਮੈਂ ਜ਼ਰੂਰ ਕਹੂੰਗਾ ਭਗਵਾਨ ਤਾਂ ਪੰਜਾਬ ਦਾ ਹੈ ਪੰਜਾਬੀ ਆ ਉਹਨੂੰ ਹਜੇ ਤੱਕ ਕਰਮਾਨਤ ਨਹੀਂ ਪਰ ਜਦੋਂ ਲੋਕ ਇੱਕ ਪਾਸੇ ਆ ਜਾਂਦੇ ਨੇ ਜ਼ਮਾਨਤਾਂ ਜ਼ਬਤ ਕਰਾ ਦੋ ਲੋਕ ਕਹੇ ਇਹ ਨੇ ਇੰਦਰਾ ਗਾਂਧੀ ਦੀ ਜ਼ਮਾਨਤ ਜ਼ਬਤ ਕਰਾਤੀ ਲੋਕਾਂ ਨੇ ਕੇਜਰੀਵਾਲ ਦਾ ਨੁਕਸਾਨ ਹੋਊਗਾ ਉਸ ਜੀ ਕਿਹੜੀ ਵੱਲ ਸੋਚ ਲਈ ਇੱਥੇ ਉਹਨਾਂ ਤੇ ਤੁਸੀਂ ਮੈਨੂੰ ਇੱਕ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਿਖਾ ਦਿਓ ਇੱਕ ਤੇ ਮੈਂ ਮਾਨਸਾ ਤੋਂ ਲੜੂੰਗਾ ਅੱਜ ਮੈਂ ਐਲਾਨ ਕਰਦਾ ਤੁਹਾਡੇ ਕੋਲ ਜਮ੍ਹਾਂ ਮਾਨਸਾ ਤੋਂ ਲੜੂੰਗਾ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਤੇ ਬੱਕਬੱਕ ਸਿਆਸੀ ਤਿਰਾਂ ਚੋਣ ਮੈਦਾਨ ਦੇ ਵਿੱਚ ਕੁੱਦ ਚੁੱਕੀਆਂ ਨੇ 32 ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡਾ ਅੰਦੋਲਨ ਜਿੱਤੋਂ ਤੋਂ ਬਾਅਦ ਪੰਜਾਬ ਵਿੱਚ 22 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦਾ ਗਠਨ ਕਰਕੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ ਵੱਡੇ ਕਿਸਾਨ ਆਗੂ ਰੁੰਦੂ ਸਿੰਘ ਮਾਨਸਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਕੀ ਆਪਣੇ ਮੋਰਚੇ ਦੀਆਂ ਜਿਹੜੀਆਂ ਹੈਗੀਆਂ ਨੀਤੀਆਂ ਨੇ ਤੇ ਕਿਵੇਂ ਇਹਨਾਂ ਨੇ ਲੋਕਾਂ ਦੇ ਵਿੱਚ ਜਾਣਾ ਹੈ ਕਿੰਨੀਆਂ ਕਿ ਸੀਟਾਂ ਜਿਹੜੀਆਂ ਮੋਰਚਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਊਗਾ ਪ੍ਰਧਾਨ ਜੀ ਸਕਰੋਲ ਪੰਜਾਬ ਤੇ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕਿਹੜੇ-ਕਿਹੜੇ ਹੋ ਮੁੱਦੇ ਨੇ ਕਿਸਾਨੀ ਅੰਦੋਲਨ ਤੋਂ ਇਲਾਵਾ ਜਿਹੜੇ ਲੈ ਕੇ ਆਪਾਂ ਲੋਕਾਂ 'ਚ ਜਾ ਰਹੇ ਹਾਂ ਮੁੱਦੇ ਤਾਂ ਇਹੀ ਆ ਵੀ ਪੰਜਾਬ ਦੇ ਲੋਕਾਂ ਦੀਆਂ ਵੱਡੇ ਮਤਲਬ ਆ ਬਸ ਸਮੱਸਿਆ ਨੇਗੀਆਂ ਜਿਹੜਾ ਪਹਿਲਾਂ ਅੰਦੋਲਨ ਲੜਿਆ ਗਿਆ ਦਿੱਲੀ ਦੇ ਹੱਦਾਂ ਤੇ ਉਸ ਅੰਦੋਲਨ ਦੇ ਵਿੱਚ ਪੰਜਾਬ ਦੇ ਲੋਕਾਂ ਨੇ 90% ਨੇ ਯੋਗਦਾਨ ਪਾਇਆਗਾ ਪਹਿਲਾਂ ਤਾਂ ਮੈਂ ਇਹ ਗੱਲ ਥੋੜੀ ਜੀ ਕਰਨਾ ਅੰਦੋਲਨ 'ਚ ਅਸੀਂ ਕੀ ਖਟਿਆ ਕੀ ਗਮਾਇਆ ਅਸੀਂ ਖਟਿਆ ਵੀ ਕੜੀਵਾਲ ਪ੍ਰਧਾਨ ਮੰਤਰੀ ਦਾ ਹਕਾਰ ਤੋੜਿਆ ਤੇ ਅਸੀਂ ਤਿੰਨੇ ਕਾਲੇ ਕਾਨੂੰਨ ਰੱਦ ਕਰਾਏ ਬਿਜਲੀ ਸੁਮੋਤਾ ਉਹ ਰੱਦ ਹੋਇਆ ਬਰਾੜੀ ਐਕਟ ਉਹ ਰੱਦ ਹੋਇਆ ਅਸੀਂ ਆਪਣੀਆਂ ਮੰਗਾਂ ਮਨਾ ਕੇ ਗਮਾਇਆ ਅਸੀਂ ਕੀ ਮੈਂ ਉਹਨੂੰ ਗਮਾਇਆ ਨਾ ਕਹਾ 700 ਸਾਡਾ ਕਿਸਾਨ ਮਜ਼ਦੂਰ ਔਰਤਾਂ ਬੱਚੇ ਉੱਥੇ ਸ਼ਹੀਦ ਹੋਏ ਨੇ ਉਹ ਇੱਕ ਸਾਡੇ ਅंदोलਨ ਦੀ ਜੇ ਕਹਾ ਮੈਂ ਜਿਹੜੀ ਇੱਕ ਨਿਉਂ ਵਾਲੀ ਇੱਕ ਤਾਕੜੀ ਇੱਟ ਹੁੰਦੀ ਹੈ ਉਹ ਇੱਕ ਨਿਉਂ ਦੀ ਇੱਟ ਮੰਗੂ ਸਾਡੇ ਦੋਰਨ ਦੇ ਵਿੱਚ ਸਾਰਾ ਬਣੇ ਲਗੀ ਠੀਕ ਹੈ ਪਰਿਵਾਰਾਂ ਨੂੰ ਨੁਕਸਾਨ ਪਹੁੰਚਦਾ ਜੋ ਘਰ ਦਾ ਕੋਈ ਚੀ ਚਲੇ ਪਰ ਇਸ ਅਧੂਲਣ ਦੇ ਸ਼ਹੀਦ ਰਹਿੰਦੀ ਦੁਨੀਆ ਚੱਕਰ ਯਾਦ ਰਹਿਣਗੇ ਤੇ ਪੰਜਾਬ ਦੇ ਲੋਕਾਂ ਚ ਗੁੱਸਾ ਬਹੁਤ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰਾਂ ਤੇ ਵੀ ਅਧੂਲਣ ਦਾ ਛੇਤੀ ਨਪਟਾਰਾ ਕਿਉਂ ਨਹੀਂ ਕਰਾਇਆ ਗਿਆ ਕਿਉਂ ਨਹੀਂ ਕਰਾਇਆ ਗਿਆ ਕਿਉਂ ਇਹਨੇ ਕਿਸਾਨ ਸ਼ਹੀਦ ਹੋਏ ਇਸ ਤੋਂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ 90% ਲੋਕਾਂ ਦਾ ਗੁੱਸਾ ਹੈ ਪ੍ਰਧਾਨ ਜੀ ਆਮ ਆਦਮੀ ਪਾਰਟੀ ਨਾਲ ਗਠਜੋੜ ਹੁੰਦਾ ਸੀ ਸੰਯੁਕਤ ਸਮਾਜ ਮੋਰਚੇ ਦਾ ਗਠਜੋੜ ਜਿਹੜਾ ਨਹੀਂ ਹੋਇਆ ਕਿ ਕੋਈ ਕਿਸਾਨ ਜਿਹੜੇ ਜਥੇਬੰਦੀਆਂ ਜਿਹੜਾ ਆਪਣਾ ਮੋਰਚਾ ਕੋ ਨੂੰ ਨੁਕਸਾਨ ਹੋਊਗਾ ਦਾ ਗੱਠ ਜੋੜ ਦੇਖਿਆ ਜਾਂਦਾ ਹੁੰਦਾ ਹੈ ਵੀ ਕਿਹੜੀ ਪਾਰਟੀ ਨਾਲ ਕਰਨਾ ਹੈ ਕਿਉਂ ਕਰਨਾ ਹੈ ਅਸੀਂ ਇੱਕ ਜ਼ਰੂਰ ਸਮਝਦੇ ਹਾਂ ਕਿ ਆ ਉਹ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਕਾਲੀ ਦਾਲ ਹੋਵੇ ਕਾਂਗਰਸ ਹੋਵੇ ਕੈਪਟਨ ਹੋਵੇ ਕੇਜਰੀਵਾਲ ਹੋਵੇ ਇਹ ਸਾਰੀਆਂ ਪਾਰਟੀਆਂ ਪੂੰਜੀਵਾਦ ਸਮਰਾਜਵਾਦੀਆਂ ਪਾਰਟੀਆਂ ਪਰ ਸਾਨੂੰ ਇਹ ਸੋਚ ਕੇ ਵੀ ਪੰਜਾਬ ਦਾ ਫਾਇਦਾ ਕਰਨ ਵਾਸਤੇ ਅਸੀਂ ਇੱਕ ਤਰ੍ਹਾਂ ਦਾ ਲਾਜ਼ਮੀ ਹਰ ਇੱਕ ਲੜਨ ਵਾਲੇ ਲੋਕ ਛੋਟਾ ਦੁੱਸਣ ਨਾਲ ਚੁਣ ਲਾਂਦੇ ਨੇ ਵੀ ਚਲੋ ਕੋਈ ਗੱਲ ਨਹੀਂ ਕੀਰਾ ਪੰਜਾਬ ਦੇ ਮਤਲਬ ਵਿਧਾਨ ਸਭਾ ਤੇ ਕਬਜ਼ਾ ਹੋਵੇ ਫਿਰ ਕਿਸਾਨਾਂ ਦੀਆਂ ਸੇਮ ਮੰਗਾਂਗੇ ਉਹ ਸਾਡਾ ਦਿੱਕਤ ਪਈ ਹੈ ਜਿੱਥੋਂ ਤੱਕ ਮੈਨੂੰ ਪਤਾ ਲੱਗਿਆਗਾ ਬਾਲੀ ਗੱਲ ਤਾਂ ਸਾਡੇ ਨੇਤਾ ਜੀ ਨੇ ਕੋਲ ਕੇ ਨਹੀਂ ਦੱਸੀ ਪਰ ਅਸੀਂ ਆਪ ਦੇ ਅਸੀਂ ਵੀ ਕੈਸ ਰਹੀਆਂ ਨਾਲ ਰਿਆਂ ਅਸੀਂ ਚਾਹੁੰਦੇ ਸੀ ਕਿ ਵੀ ਜਿੰਨੇ ਸਾਡੇ ਕੈਂਡੀਡੇਟ ਘਟੋ ਘਟ ਅਸੀਂ 60% ਸੀਟਾਂ ਮੰਗ 60% ਸੀਟਾਂ ਮੰਗਦੇ ਸੀ ਉਸ ਮਤਲਬ ਪੰਜਾਬ ਸਾਡੀਆਂ 70 ਮੰਗੂ ਬਣਦੀਆਂ ਏ 1 ਅਗਲਾ ਕਰਦੇ ਦੀ ਸਾਡਾ ਨਿਸ਼ਾਨ ਤੇ ਪੰਗਾ ਪਿਆ ਵੱਡਾ ਵੀ ਅਸੀਂ ਆਪਦੇ ਨਿਸ਼ਾਨ ਤੇ ਲੜਾਂਗੇ ਕਿਉਂ ਜੇ ਅਸੀਂ ਕੇਜਰੀਪਾਲ ਦੇ ਨਿਸ਼ਾਨ ਤੇ ਇਲੈਕਸ਼ਨ ਲੜਦੇ ਆਂ ਫਿਰ ਤਾਂ ਕੇਜਰੀਪਾਲ ਜਿੰਮੇ ਪਹਿਲਾਂ ਆਪਦੇ ਆਗੂਆਂ ਦੇ ਡੰਡ ਬਟਕਾ ਕਢਾਉਂਦਾਗਾ ਉਹਵੇਂ ਜੋਕਰ ਸਾਡੀਆਂ ਕਢਾਉਂਦਾ ਅਸੀਂ ਲੋਕਾਂ ਦੇ ਫਾਇਦੇ ਵਾਸਤੇ ਆਪਦੇ ਨਿਸ਼ਾਨ ਤੇ ਲੜ ਕੇ ਜ ਸਾਡੇ ਵਿਧਾਨ ਸਭਾ ਚ ਐਮਐਲਏ ਜਾਂਦੇ ਨੇ ਅਸੀਂ ਆਪਣੀ ਗੱਲ ਆਜ਼ਾਦ ਰੱਖਣਾ ਚਾਹੁੰਦੇ ਜੀ ਮੇਰਾ ਇੱਕ ਮੈਨੂੰ ਲੱਗਿਆ ਵੀ ਇੱਕ ਤਾਂ ਹੋ 60% ਸਾਨੂੰ ਸੀਟਾਂ ਦੇਣਾ ਨਹੀਂ ਮੰਨਿਆ ਇੱਕ ਉਹ ਮੇਰਾ ਖਿਆਲ ਆ ਵੀ ਸਾਡੇ ਨਿਸ਼ਾਨ ਤੇ ਨਹੀਂ ਮੰਨਿਆ ਇਸ ਕਰਕੇ ਗੱਲ ਟੁੱਟੀ ਜੀ ਟੁੱਟੀ ਗਈ ਪਰ ਅਸੀਂ ਫੇਰ ਵੀ ਇੱਕ ਪੂੰਜੀਵਾਦ ਪਾਰਟੀ ਨਾਲ ਸਮਝੌਤਾ ਕਰਨ ਜਾ ਰਹੇ ਸੀ ਸ਼ਾਵਰਾਜ ਪਾਰਟੀ ਨਾਲ ਪਰ ਅਸੀਂ ਲੋਕਾਂ ਦੇ ਵਾਸਤੇ ਸਮਝੌਤਾ ਕਰਨ ਜਾ ਰਹੇ ਸੀ ਜੇ ਹੋ ਜਾਂਦਾ ਤਾਂ ਠੀਕ ਮੈਂ ਮੈਂ ਠੀਕ ਸਮਝਦਾ ਕੋਈ ਨੂੰ ਸਮਝੀ ਨਾ ਸਮਝੇ ਵੀ ਬਦਲਦੇ ਹੁਣ ਕੇਜਰੀਵਾਲ ਇੱਕ ਹੈਜਾ ਬੰਦਾ ਜੀਨੇ ਉਹ ਹਜੇ ਤੱਕ ਮੈਂ ਜ਼ਰੂਰ ਕਹੂੰਗਾ ਭਗਵੰਤ ਪੰਜਾਬ ਦਾ ਪੰਜਾਬੀ ਆ ਉਹਨੂੰ ਹਜੇ ਤੱਕ ਮਾਨਤਾ ਨਹੀਂ ਉਹਨੇ ਦਿੱਤੀ ਟੰਗੇ ਚੰਗੇ ਤਾਕੜੇ ਲੀਡਰ ਇਸ ਪਾਰਟੀ ਨੂੰ ਕਿਉਂ ਛੱਡ ਕੇ ਗਏ ਨੇ ਜਿਹੜੇ ਸਮਾਜਵਾਦ ਨੂੰ ਸਮਝਦੇ ਨੇ ਗੰਨ ਛੱਡ ਕੇ ਗਿਆ ਹੋਰ ਕਈ ਮਤਲਬ ਐਮਐਲਏ ਛੱਡ ਕੇ ਗਏ ਖੈਰਾ ਛੱਡ ਕੇ ਗਿਆ ਜੇ ਪਾਰਟੀ ਭਲਾਮਾਨ ਹੁੰਦੀ ਇਹ ਪਾਰਟੀ ਲੋਕਾਂ ਦਾ ਕੁਝ ਕਰਨਾ ਚਾਹੁੰਦੀ ਹੁੰਦੀ ਤੇ ਸਵਾਲ ਹੀ ਪੈਦਾ ਹੁੰਦਾ ਲੋਕ ਇਹਨੂੰ ਛੱਡ ਕੇ ਭੱਜ ਜਾਂਦੇ ਕਟੋਟ ਜਿੱਤੇ ਹੋਏ ਚਾਰ ਐਮਪੀਆਂ ਚੋਂ ਮੇਰਾ ਕਹਿਣਾ ਤਿੰਨ ਐਮਪੀ ਛੱਡ ਕੇ ਗਏ ਨੇ ਜਿਹੜਾ ਮਤਲਬ ਤੁਸੀਂ ਗੱਲ ਕਰ ਲਓਗੇ ਜੇ ਪਾਰਟੀ 'ਚ ਨੁਕਸ ਹੈ ਜੇ ਪਾਰਟੀ ਦੇ ਵੱਡੇ ਲੀਡਰ ਚ ਨੁਕਸ ਹੈ ਲੋਕ ਵੀ ਹੀ ਛੱਡ ਕੇ ਜਾਂਦੇ ਨੇ ਨਾ ਇਸ ਕਰਕੇ ਸਾਡੀ ਗੱਲ ਆ ਸਾਡਾ ਨਿਸ਼ਾਨ ਤੇ ਤੇ ਸਾਡੇ ਨੂੰ 60% ਸੀਟਾਂ ਤੇ ਇਸ ਕਰਕੇ ਸਾਡੀ ਗੱਲ ਉੱਠੀ ਹੈ ਪ੍ਰਧਾਨ ਜੀ ਗਠਜੋੜ ਹੋਇਆ ਨਹੀਂ ਇਹਦਾ ਨਾ ਹੋਣ ਦਾ ਕਾਰਨ ਕਿਸੇ ਤੀਜੀ ਪਾਰਟੀ ਨੂੰ ਫਾਇਦਾ ਮਿਲ ਸਕਦਾ ਫਾਇਦਾ ਸਾਨੂੰ ਮਿਲੂਗਾ ਠੀਕ ਹੈ ਨਾ ਗੱਲ ਬਾਅਦ ਕਿ ਸਾਡੇ ਨਾਂ ਆ ਜਾਣ ਤੇ ਚਰਚਾ ਚ ਪੂਰੇ ਅਸੀਂ ਬਣੇ ਹੋਏ ਹਾਂਗੇ ਮਤਲਬ ਜਿਹੜਾ ਸਮਾਜ ਮੋਰਚਾ ਬਣਾਇਆ ਹੈ ਸਰਕਾਰ ਪੰਜਾਬ ਚ ਉਹਨਾਂ ਦੀ ਬਣਨੀ ਹੈ ਅਸੀਂ ਮਤਲਬ 117 ਸੀਟਾਂ ਦੇ ਬੰਦਾ ਕਰਾਂਗੇ ਮਤਲਬ ਉਹ ਕਹਿੰਦੇ ਨਾ ਵਿੱਚੋਂ ਕਹਿੰਦੇ ਨੇ ਕਿ ਜੋ ਕੋਈ ਪੱਤਰਕਾਰ ਪੁੱਛਦਾ ਵੀ ਕੇਜਰੀਵਾਲ ਦਾ ਨੁਕਸਾਨ ਹੋਊਗਾ ਕੇਜਰੀਵਾਲ ਸੋਚ ਲਈ ਇਤਕੀ ਉਹਨੇ 17 18 ਐਮਐਲਏ ਜਿੱਤੇ ਆ ਕੇ ਦੇਖ ਲਈ 4 ਐਮਪੀ ਜਿੱਤਾ ਕੇ ਉਹ ਪੰਜਾਬ ਸਾਨੂੰ ਦੇ ਦੇ ਸਮਾਜ ਮੋਰਚੇ ਨੂੰ ਦੇ ਦੇ ਪੰਜਾਬ ਮੰਨ ਜਾਗੇ ਜੋ ਜੇ ਪੰਜਾਬ ਦਾ ਹੇਤੀ ਹੈ ਕੇਜਰੀਵਾਲ ਛੱਡ ਕੇ ਦੇਖੀਏਗਾ ਮદાન ਪਾਸੇ ਹੋਵੇ ਉਹਦੀ ਪਾਰਟੀ ਵੀ ਸੰਘਰਸ਼ ਚੋਂ ਨਿਕਲੀ ਐ ਛੋਟੇ ਸੰਘਰਸ਼ ਚੋਂ ਛੋਟੇ ਚੋਂ ਬਹੁਤ ਛੋਟੇ ਸੰਘਰਸ਼ ਚੋਂ ਨਿਕਲੀ ਐ ਸਾਡਾ ਸਮਾਜ ਮੋਰਚਾ ਵੱਡੇ ਸੰਘਰਸ਼ ਤੋਂ ਨਿਕਲਿਆ ਤਾਂ ਕੇਜਰੀਬਾ ਸਾਫਰ ਕਰ ਲੈ ਕਾਲੀ ਕਾਂਗਰਸੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਇਹਨਾਂ ਦਾ ਸਾਫ ਕਰਦਾਂਗੇ ਸਾਰਾ ਕੁਝ ਕਰਨੀ ਜੀ ਕਰ ਜੀ ਕਰਨ ਦਾ ਪ੍ਰਧਾਨ ਜੀ 117 ਵਿਧਾਨ ਸਭਾ ਹਲਕੇ ਨੇ ਕਿੰਨੇ ਹਲਕਿਆਂ ਤੇ ਦਾਅਵਾ ਮੰਨਦੇ ਉਸ ਮੋਰਚੇ ਦਾ ਤੁਸੀਂ ਅਸੀਂ ਤਾਂ ਮੈਂ ਤਾਂ ਸਾਰਿਆਂ ਤੇ ਕਹੂੰਗਾ ਸਾਡਾ ਸਾਰਿਆਂ ਦੀ ਹਸਬ ਦਾਵਾ ਆਏਗਾ ਤੁਸੀਂ ਮੈਂ ਕਹਿੰਦਾ ਜਾਓ ਮਤਲਬ ਦਬਾਬਾ ਮਾਝੇ ਜਾਓ ਉਥੇ ਗੱਲ ਹੀ ਸਾਡੀ ਚੱਲਦੀ ਹੈ ਹੋਰ ਕਿਸੇ ਚੱਲਦੀ ਹੀ ਨਹੀਂ ਸਰ ਤੇ ਮਾਲਵੇ ਸਾਡੀ ਚੱਲੂਗੀ ਮਾਲਵੇ ਦੇ ਵੋਟਰ ਸਾਡੇ ਬਹੁਤ ਸੂਝਮਾਨ ਨੇ ਸੂਝਵਾਨ ਦੇਖ ਕੇ ਵੋਟ ਆਈ ਵਾਰੀ ਉਹ ਪਾਉਂਦੇ ਨੇਗੇ ਵੀ ਮੈਂ ਇੱਥੇ ਸਾਡਾ ਫਾਇਦਾ ਹੋਊਗਾ ਤੇ ਹੁਣ ਵੀ ਉਹ ਮਤਲਬ ਸਾਡੇ ਸਮਾਜ ਮੋਰਚੇ ਨੂੰ ਵੋਟਾਂ ਪਾਉਣਗੇ ਤੇ ਸਾਨੂੰ ਜਿੱਤਿਆਉਣਗੇ ਬਾਕੀ ਦੇ ਮੈਨੂੰ ਪੱਕੀ ਗਰੰਟੀ ਹੈ ਇਸ ਗੱਲ ਦੀ ਜਿਵੇਂ ਅਸੀਂ ਦੋਲਣ ਜਿੱਤ ਕੇ ਆਏ ਆ ਏਵੇਂ ਜੋ ਕਰ ਅਸੀਂ ਵਿਧਾਨ ਸਭਾ ਦੇ ਵਿੱਚ ਆਪਜੀ ਸਰ ਇੱਥੇ ਪਿਆਜ਼ ਦੇ ਸਰਕਾਰ ਬਣਾਵਾਂਗੇ ਮੈਨੂੰ ਇਹ ਲੋਕਾਂ ਤੇ ਬਹੁਤ ਵੱਡਾ ਯਕੀਨ ਹੈ ਵੀ ਉਹ ਸਾਨੂੰ ਲਿਆਉਣਗੇ ਤੇ ਭਾਜੀਪੀ ਦਾ ਜਿਹੜਾ ਵਿਰੋਧ ਹੈ ਜੀ ਚੋਣ ਪ੍ਰਚਾਰ ਚ ਵੀ ਜਾਰੀ ਰਹੂ ਉਹ ਤਾਂ ਬਰਬਰੋਥ ਹੈ ਜੀ ਸਾਡੇ ਕੋਲ ਜਿਸਮ ਦੇ ਬਾਹਰ ਨੂੰ ਵਿਰੋਧ ਕਰੀ ਜਾਂਦੀਆਂ ਨੇਗੀਆਂ ਸਾਡੇ ਅਸੀਂ ਅਸੀਂ ਉਹਦਾ ਵਿਰੋਧ ਕਰਾਂ ਤੇ ਦੂਜੀਆਂ ਪਾਰਟੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਸਾਡੇ ਭਾਈ ਨੇ ਅੱਡ ਕਰੇ ਉਹ ਮੈਦਾਨ ਚ ਕਰਕੇ ਕਰਨਗੇ ਉਹਨਾਂ ਬੁਰਾ ਕਰਨਗੇ ਅਸੀਂ ਅਸੀਂ ਕਈ ਵਾਰ ਆਪਾਂ ਕਹਿੰਦੇ ਨੇ ਵੀ ਇਹ ਸੰਘਰਸ਼ ਲੜਨਾ ਖਾਉਣੀ ਉਦਾ ਦੇ ਔਖਾ ਮੈਂ ਨਹੀਂ ਉਹ ਸੰਘਰਸ਼ ਲੜਨਾ ਕੋਈ ਬਹੁਤ ਔਖਾ ਨਹੀਂ ਹੁੰਦਾ ਉਹ ਤਾਂ ਬੰਦਾ ਇੱਕ ਆਪਦੇ ਘਰ ਦੇ ਰਾਹ ਪਿਆ ਉੱਥੇ ਕਰ ਕੁਝ ਬੋਲੇ ਕੁਝ ਕਰੀ ਜਾਵੇ ਲੜਨਾ ਤਾਂ ਇਲੈਕਸ਼ਨ ਔਖਾ ਇੱਕ ਸਰਕਪਾਰਟੀਆਂ ਨੂੰ ਜਿਹੜੀਆਂ ਪੂੰਜੀਪਾਲ ਦੀਆਂ ਪਾਰਟੀਆਂ ਜਿਹੜੀਆਂ ਲੰਮੇ ਸਮੇਂ ਤੋਂ ਪੰਜਾਬ ਦੇ ਉੱਤੇ ਕਬਜ਼ਾ ਕਰੀਆਂ ਅੱਜ ਸਾਡਾ ਸਮਾਜ ਮੋਰਚਾ ਸਾਡੀ ਲੀਡਰਸ਼ਿਪ ਸਾਡੇ ਲੋਕ ਲੜਨ ਵਾਲੇ ਲੋਕ 90% ਲੋਕ ਅੱਜ ਅਸੀਂ ਉਹਨਾਂ ਨੂੰ ਢਾਉਣ ਜਾ ਰਹੇ ਹਾਂਗੇ ਇੱਕ ਲੋਕਪੱਖੀ ਸਰਕਾਰ ਬਣਾਉਣ ਜਾ ਰਹੇ ਹਾਂ ਕੱਲੀ ਭਾਜਪੀ ਦਾ ਹੀ ਵਿਰੋਧ ਰਹੂਗਾ ਜਾਂ ਬਾਕੀ ਪਾਰਟੀਆਂ ਦੇ ਜਿਹੜੇ ਕਮੀਆਂ ਉਹ ਵੀ ਲੋਕਾਂ ਨੂੰ ਦੱਸੀਆਂ ਜਾਣਗੀਆਂ ਰਾਜਨੀਤਿਕ ਤੌਰ ਤੇ ਸਾਰੀਆਂ ਦੀ ਕਮੀਆਂ ਦੱਸਾਂਗੇ ਸਾਰਿਆਂ ਦੀਆਂ ਕਮੀਆਂ ਦੱਸਾਂਗੇ ਮੈਂ ਅੱਜ ਵੀ ਦੱਸ ਸਕਦਾ ਮਤਲ ਅੱਜ ਤੱਕ ਜਿਹੜੇ ਲੋਕ ਸਮਾਜਵਾਦ ਚਾਹੁੰਦੇ ਨੇਗੇ ਉਹਨਾਂ ਤੇ ਤੁਸੀਂ ਮੈਨੂੰ ਇੱਕ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਿਖਾ ਦਿਓ ਇੱਕ ਤੇ ਤੇ ਜਿਹੜੀਆਂ ਪੂੰਜੀਵਾਦ ਦੀਆਂ ਪਾਰਟੀਆਂ ਨੇਗੀਆਂ ਉਹਨਾਂ ਤੋਂ ਮੈਨੂੰ ਇੱਕ ਬੱਚਾ ਦਿਖਾ ਦਿਓ ਘਟਾਲੇ ਗਿਣਾਵਾਂ ਜੇ ਮੈਂ ਸੈਂਟਰ ਦੇ ਘਟਾਲੇ ਗਿਣਾਂ ਦਾ ਗਿਣੇ ਨਹੀਂ ਜਾਣੇ ਦਰਜਣਾ ਘਟਾਲੇ ਨੇ ਕੱਲੀ-ਕੱਲੀ ਗੱਲ ਕਰਾਵਾਂ ਸਮਾਂ ਲੱਗਦਾ ਹੈਗਾ ਤੇ ਇਹਨਾਂ ਚੋਂ ਕਿਹੜਾ ਬੱਚਾ ਹੈ ਕੈਪਟਲ ਤੇ ਪਰਚਾ ਦਰਜ ਹੋਇਆ ਬਾਦਲ ਤੇ ਪਰਚਾ ਦਰਜ ਹੋਇਆ ਮਜੀਠਿਆ ਭੱਜਿਆ ਫਿਰਦਾ ਹੈਗਾ ਸਾਰੇ ਭੱਜੇ ਫਿਰਦੇ ਨੇਗੇ ਮਤਲਬ ਜਿਹੜੇ ਮਤਲਬ ਅੱਜ ਵੀ ਕਹਿੰਦੇ ਵੀ ਅਸੀਂ ਮਾਨਦਾਰਾਂਗੇ ਮੈਂ ਕਰ ਲੈਣਾ ਸਾਡੇ ਪਿਓ ਦਾ ਤੇ ਜਿਆਜਾ ਸਾਡੀ ਫਰੋਣ ਜਿਹੜੇ ਅਸੀਂ 32 ਦੇ 32 ਲੀਡਰ ਅੱਜ ਕਰ ਲਿਓ ਠੀਕ ਹੈ ਜਿਹੜੀ ਇਹਨਾਂ ਦੇ ਇਹਨਾਂ ਦੇ ਦਾਦੇ ਨੇ ਜਿਹੜੇ ਕਾਂਗਰਸ ਦੇ ਐਮਐਲ ਚਾਹੇ ਕਾਲੀ ਦਲ ਦੇ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਨੇ ਚਾਹੇ ਕੈਪਟਨ ਹੈ ਉਹਦੇ ਪਿਓ ਦਾ ਦੇ ਜੀ ਐਤ ਕੱਢ ਲੋ ਸਾਡੀ ਕੱਢ ਲੋ ਅਸੀਂ ਜਿੱਦ ਦਿਨ ਜਿੱਥੇ ਬੰਦੀ ਚ ਲੱਗਿਆ ਉਹਦੇ ਦੀ ਕੱਢ ਲੋ ਸਾਡੀ ਸਾਡੇ ਸਾਰੇ ਲੀਡਰ ਤਿਆਰ ਆ ਸਾਡੇ ਕਾਗਜ ਕੱਢ ਲੋ ਅਸੀਂ ਕੀ ਵਜ਼ਾਇਆ ਕੀ ਬਣਾਇਆ ਤੇ ਅਸੀਂ ਇਹ ਵੀ ਹੈ ਜਿੱਥੇ ਅਸੀਂ ਅੱਜ ਆ ਚਾਹੇ ਅਸੀਂ ਸਰਕਾਰ ਬਣਾ ਜੈਨਾ ਸਾਡੀ ਜਾਇਜ਼ਾਤ ਉਨੀ ਰਹੂ ਵਧ ਨਹੀਂ ਸਕੂਗੀ ਅਸੀਂ ਸਮਾਜਵਾਦ ਵਾਲੇ ਲੋਕ ਆ ਲੜਨ ਵਾਲੇ ਲੋਕ ਆ ਲੋਕਾਂ ਵਾਸਤੇ ਕੰਮ ਕਰਨਾ ਤੇ ਪ੍ਰਧਾਨ ਜੀ ਤੁਹਾਡਾ ਜਿਹੜਾ ਇਹ ਮੋਰਚਾ ਹੈ ਦਾ ਚੋਣ ਛਣ ਕੀ ਹੋਊਗਾ ਚੋਣ ਛਣ ਅਸੀਂ ਕੱਲ ਤਿੰਨ ਭੇਜੇ ਨੇ ਭੇਤੇ ਅਮਾ ਜਿਹੜੀ ਸਾਡੀ ਕਮੇਟੀ ਬਣੀ ਆ ਮੈਨੂੰ ਨਹੀਂ ਪਤਾ ਕਿਹੜੇ ਭੇਜੇ ਨੇ ਕਿਹੜਾ ਨਿਸ਼ਾਨ ਮਿਲੂਗਾ ਲੋਕਾਂ ਨੇ ਉਸ ਨੂੰ ਹੱਥਾਂ ਤੇ ਚੱਕ ਲੈਣਾ ਕੋਈ ਕੋਈ ਨਿਸ਼ਾਨ ਮਿਲ ਜੇ ਉਹਨਾਂ ਨੂੰ ਹੱਥਾਂ ਤੇ ਚੱਕ ਲੈਣਾ ਲੋਕਾਂ ਨੇ ਤੇ ਪ੍ਰਧਾਨ ਜੀ ਜਿਹੜਾ ਚੜੂਨੀ ਗਰੁੱਪਾ ਗਰਮਾਨ ਸਿੰਘ ਚੜੂਨੀ ਵਾਲਾ ਉਹ ਤੁਹਾਡੇ ਨਾਲ ਆ ਜਾਂ ਕਿ ਬਿਲਕੁਲ ਨਾਲ ਹੈ ਕਈ ਵਾਰ ਆਪਰੇ ਸਾਨੂੰ ਕਹਿੰਦੇ ਪਹਿਲਾਂ ਤੁਸੀਂ ਨਾਰਾਜ਼ ਤੇ ਹਾਂ ਨਾਰਾਜ਼ ਜਨਾਂ ਚ ਕਰੀ ਉਸ ਤੇ ਸੰਘਰਸ਼ ਲੜਿਆ ਉਹਨਾਂ ਚ ਅਸੀਂ ਕਹਿੰਦੇ ਸੀ ਵੀ ਨਹੀਂ ਜਾਣਾ ਪੰਜਾਬ ਦੇ ਵਿੱਚ ਜੱਜ ਜਿੱਤ ਲਿਆ ਅਸੀਂ ਅੱਜ ਆ ਗਏ ਕੱਲ ਇਕੱਠੇ ਬਹਿ ਕੇ ਚਾਹ ਪੀਤੀਆ ਹੱਥ ਮਲਾਇਆ ਗੱਲਬਾਤ ਕਰੀਆ ਉਹ ਸਾਡੇ ਨਾਲ ਹੈ ਰਲ ਕੇ ਚੋਣ ਲੰਗੇ ਅਸੀਂ ਕਹਿੰਦੇ ਇੱਕ ਪ੍ਰਮੁੱਖ ਲੀਡਰ ਹਰਿਆਣੇ ਦਾ ਸਾਡੇ ਜੇ ਇਸ ਰਾਜਨੀਤਿਕ ਸੰਘਰਸ਼ ਦੇ ਵਿੱਚ ਆ ਗਿਆ ਸਾਡਾ ਬਹੁਤ ਵੱਡਾ ਫਾਇਦਾ ਹੋਊਗਾ ਪ੍ਰਧਾਨ ਜੀ ਰਿਕਵੈਸਟ ਕਰਦਾ ਕਹਿੰਦਾ ਸੀ ਕਿ ਕਿਸਾਨਾਂ ਨੂੰ ਆਉਣੇ ਨਹੀਂ ਚਾਹੀਦਾ ਚੋਣਾਂ ਦੇ ਵਿੱਚ ਦੇਖੋ ਅੱਡੋ ਅੱਡੀ ਸਟੇਟਾਂ ਦਾ ਮਸਲਾ ਹੈਗਾ ਸਾਡਾ ਪੰਜਾਬ ਦਾ ਅੱਡ ਮਸਲਾ ਹੈ ਜੁਪੀ ਦਾ ਅੱਡ ਮਸਲਾ ਹੈ ਮੇਰਾ ਖਿਆਲ ਹੈ ਖੁਦ ਸਾਡੇ ਬੁੱਗੇ ਆਗੂ ਤਕੈਤ ਸਾਹਿਬ ਮੇਰਾ ਕਹਿੰਦਾ ਮੈਦਾਨ 'ਚ ਉਹ ਵੀ ਹੋਣਗੇ ਉਹਨਾਂ ਦੀ ਵੀ ਕਿਹਨਾਂ ਉੱਥੇ ਗੱਲ ਚੱਲੀ ਜਾਂਦੀ ਆ ਫੇਰ ਹੀ ਉੱਥੋਂ ਦੀ ਸਰਕਾਰ ਬਦਲੀ ਜਾਣੀ ਆ ਜਿੱਟ ਕੈਂਸਲ ਮਦਾਨ ਚਾਉਣਗੇ ਜੇ ਪ੍ਰਧਾਨ ਜੀ ਮੋਰਚੇ ਨੂੰ ਬਹੁਤ ਮਿਲ ਜਾਂਦਾ ਪੰਜਾਬ ਦੇ ਵਿੱਚ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਅਸੀਂ ਪ੍ਰਧਾਨ ਚੁਣ ਲਿਆ ਇੱਕ ਸਾਨੂੰ ਪਤਾ ਹੋਣਾ ਚਾਹੀਦਾ ਪ੍ਰਧਾਨ ਹੀ ਆਗੂ ਹੁੰਦਾ ਹੁੰਦਾ ਜੇ ਕੋਈ ਗਾਹਲਾ ਉੱਦਾਂ ਉਹ ਪ੍ਰਧਾਨ ਹੀ ਹੁੰਦਾ ਹੁੰਦਾ ਉਹ ਹਰ ਕਵਾਰਟੀ ਦੇ ਵਿੱਚ ਹੁੰਦਾ ਪ੍ਰਧਾਨ ਅਸੀਂ ਬਲੀ ਸਿੰਘ ਰਾਜੇ ਨੂੰ ਚੁਣ ਲਿਆ ਉਹ ਉਹੀ ਹੁੰਦਾ ਹੁੰਦਾ ਕੋਈ ਵੀ ਗਾਹਾਂ ਮਲੇ ਮਤਲਬ ਵਿਰੋਧੀ ਧਿਰ ਚ ਰਹਿਣਿਆ ਤਾਂ ਵੀ ਉਹੀ ਆਗੂ ਹੋਊਗਾ ਸਤਾ ਦੇ ਕਾਬਜ ਹੁੰਨਿਆ ਕੀਤਾ ਵੀ ਉਹੀ ਆਗੂ ਹੁੰਦੇ ਹੁੰਦਾ ਨਿਜਮ ਨੇ ਇੱਕ ਤੇ ਤੁਸੀਂ ਕੀ ਸੋਚਿਆ ਕਿਹੜੇ ਹਲਕੇ ਤੋਂ ਚੋਂ ਲੜੋਗੇ ਮੈਂ ਮਾਨਸਾ ਤੋਂ ਲੜੂੰਗਾ ਅੱਜ ਮੈਂ ਐਲਾਨ ਕਰਦਾ ਤੁਹਾਡੇ ਕੋਲੇ ਜਮਾ ਮਾਨਸਾ ਤੋਂ ਲੜੂੰਗਾ ਤਿਆਰੀਆਂ ਮੇਰੀ ਪੂਰੀ ਸਮਝੇਗਾ ਗੱਲ ਮੈਂ ਆਪਦੀ ਅਰਜੀ ਦੇ ਆਇਆ ਕਤਰਾਂ ਦੀ ਮੈਂ ਮਾਨਸਾ ਤੋਂ ਲੜੂੰਗਾ ਪ੍ਰਧਾਨ ਜੀ ਸੈਂਟਰ ਸਰਕਾਰ ਨਾਲ ਗੱਲ ਹੋਈ ਸੀ ਐਮਐਸਪੀ ਤੇ ਕਾਨੂੰਨ ਬਾਰੇ ਇੱਕ ਕਮੇਟੀ ਬਣਨੀ ਸੀ ਹੋਰ ਮੰਗਾ ਵੀ ਸੀ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਕਿ ਮੋਰਚਾ ਕੋਈ ਗਾਂਹ ਐਕਸ਼ਨ ਕਰੂਗਾ ਹਾਂ 15 ਤਰੀਕ ਦੀ ਮੀਟਿੰਗ ਹੈ 15 ਦੇ ਮੈਂ ਜਾਊਗਾ ਉੱਥੇ ਅਸੀਂ ਮਤਬਲ ਗਾਂਹ ਕੀ ਫੈਸਲਾ ਲੈਣਾਗਾ ਕੋਈ ਇਹੀ ਜੀ ਲੜਾਈ ਦੇਣੀ ਆ ਮੋਰਚੇ ਨੇ ਤਸੀਂ ਚੋਣ ਵੀ ਲੜ ਲਾਂਗੇ ਤੇ ਲੜਾਈ ਵੀ ਲੜ ਲਾਂਗੇ ਅਸੀਂ ਚਲਾ ਮੰਗ ਗੱਲ ਭਾਜਪਾਲੇ ਕਹਿੰਦੇ ਵੀ ਪ੍ਰਧਾਨ ਮੰਤਰੀ ਪੰਜਾਬ ਫੇਰੀ ਤੇ ਆਇਆ ਸੀ ਤੇ ਬਹੁਤ ਵੱਡਾ ਜਿਹੜਾ ਕਿਸਾਨਾਂ ਲਈ ਪੈਕਟ ਦੇਣਾ ਸੀ ਪੈਕੇਜ ਦੇਣਾ ਸੀਗਾ ਗੱਫੇ ਦਿਨੇ ਸੀ ਖੁੱਲੇ ਵੀ ਕਿਸਾਨਾਂ ਦੇ ਵਿਰੋਧ ਕਾਰਨ ਉਹ ਵਾਪਸ ਮੁੜ ਗਿਆ ਤੇ ਨੁਕਸਾਨ ਹੋਇਆ ਪੰਜਾਬ ਦਾ ਕੀ ਕਹਿਣਾ ਚਾਹੁੰਦਾ ਕਿਸੇ ਮੈਂ ਤੇਰਾ ਕੰਮ ਕਰਾਉਣਾ ਹੋਵੇ ਕੰਮ ਮੈਂ ਤੇਰਾ ਅਫਸਰ ਨੂੰ ਕਰਕੇ ਫੋਨ ਤੇ ਕਰਾ ਦਾਂ ਮੇਰੀ ਗੱਲ ਸਮਝ ਲੈ ਪਰ ਮੈਂ ਜੇ ਤੈਨੂੰ ਕਹਾ ਵੀ ਕਾਰ ਲਿਆ ਉਂਝ 1000 2000 ਦਾ ਤੇਲ ਪਵਾ ਫੇਰ ਮੈਨੂੰ ਤੂੰ ਅਫਸਰ ਕੋਲੇ ਲੈ ਜਾ ਤੇ ਤੇਰਾ ਤਾਂ ਮੈਂ ਦੋਸਤ 3000 ਦਾ ਨੁਕਸਾਨ ਕਰਤਾ ਨਾ ਕਰਤਾ ਤੇ ਕਰਾ ਮੈਂ ਫੋਨ ਤੇ ਤੁਹਾ ਦਾ ਪ੍ਰਧਾਨ ਮੰਤਰੀ ਇੱਥੇ ਆਉਣ ਦੀ ਕੀ ਲੋੜਾ ਕਰੋੜਾਂ ਰੁਪਏ ਖਰਾਬ ਕੀਤਾ ਉੱਥੋਂ ਬੈਠਾ ਐਲਾਨ ਕਰਤੇ ਮਾਦਰ ਜੀ ਦੀ ਉੱਥੇ ਘਰੇ ਬੈਠੇ ਦੀ ਚਲਦੀ ਆ ਉੱਥੇ ਜਾਣ ਦੀ ਕੀ ਲੋੜ ਹੈਗੀ ਉੱਥੇ ਕਰ ਦੇਣਾ ਦੀਗਾ ਕੋਈ ਇੱਥੇ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਨਾ ਪੰਜਾਬ ਦੇ ਵਿੱਚ ਖਤਰਾ ਪਰ ਮੈਂ ਇੱਕ ਸੋਢੇ ਰਹੀਂ ਪੁੱਛਣਾ ਚਾਹਣਾ ਜੀ ਨੇ ਦੇਸ਼ ਯਾਦ ਕਰੋ ਵਾ ਤੇ ਧੋਤੀ ਪਾਈ ਚੱਪਲਾ ਪਾਈਆਂ ਜਨੇਊ ਪਾਇਆ ਤੇ ਸਾਰੇ ਭਾਰ ਦੇ ਵਿੱਚ ਗੇੜਾ ਦਿੱਤਾ ਉਹਨਾਂ ਨੇ ਤਾਂ ਉਸ ਲੀਡਰ ਨੂੰ ਇਹਨਾਂ ਨੇ ਮਾਰਿਆਗਾ ਮਤਲਬ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਹ ਕੀ ਨਥੂ ਗੌੜ ਨੂੰ ਇਹ ਗੁਰੂਮਨ ਰਹੇ ਨੇਗੇ ਇਹ ਚੰਗੀ ਪਾਰਟੀ ਹੈ ਜਿਹੜੇ ਬੰਦੇ ਨੇ ਦੇਸ਼ ਜਾਦ ਕਰਾਇਆ ਹੋਵੇ ਤੇ ਉਹ ਇਹ ਜੇ ਬੰਦੇ ਮਤਲਬ ਉਸ ਬੰਦੇ ਨੂੰ ਮਤਲਬ ਇਕਤਰਨਾ ਦਾ ਸ਼ਹੀਦ ਕਰਨ ਇਹ ਕੋਈ ਚੰਗੀ ਗੱਲ ਹੈ ਕੀ ਮਤਲਬ ਦਾ ਕੋਈ ਕਿਹੜੇ ਪਾਸੇ ਚੰਗੀ ਪਾਰਟੀ ਠੀਕ ਹੈ ਇਹ ਪਾਰਟੀ ਦੇ ਮਗਰ ਪੂੰਜੀਬਾਦ ਸ਼ਾਮਰਾਜਵਾਦ ਜੋ ਵੱਡੀਆਂ ਕੰਪਨੀਆਂ ਇਹਦੇ ਮਗਰ ਨੇ ਇਸੇ ਕਰਕੇ ਇਹਦਾ ਪ੍ਰਚਾਰ ਹੈ ਪਰ ਜਦੋਂ ਲੋਕ ਇੱਕ ਪਾਸੇ ਜਾਂਦੇ ਨੇ ਜਵਾਨਤਾ ਜ਼ਬਤ ਕਰਾ ਲੰਦੇ ਨੇ ਲੋਕ ਆਹੇ ਜ ਨੇ ਇੰਦਰਾ ਗਾਂਧੀ ਦੀ ਜਵਾਨਤਾ ਜ਼ਬਤ ਕਰਾਤੀ ਸੀ ਲੋਕਾਂ ਨੇ ਜੋ ਲੋਕ ਆਪਦੀ ਇਤਿਹਾਜਣ ਆਗੇ ਪੰਜਾਬ ਦੇ ਲੋਕ ਇਹਨਾਂ ਦੀ ਜਵਾਨਤਾ ਜ਼ਬਤ ਕਰਾਉਣਗੇ ਤੇ ਸਰਕਾਰ ਸਾਡੀ ਸਮਾਜ ਮੋਰਚੇ ਦੀ ਬਣੂਗੀ ਪ੍ਰਧਾਨ ਜੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਕਹਿੰਦਾ ਵੀ ਜੇ ਸਾਡੀ ਦੁਬਾਰੇ ਸਰਕਾਰ ਬਣ ਗਈ 5 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣਗੇ 70 70 70 ਸਤ ਤੁਸੀਂ ਕੀ ਕਰਤਾ ਕਿੰਨੇ ਵਾਰੀ ਤੁਹਾਡੀ ਸਰਕਾਰ ਆ ਗਈ ਜਿਹੜਾ ਬੰਦਾ ਮੰਤਰੀ ਦੇ ਅਹੁਦੇ ਤੇ ਨਹੀਂ ਰਹਿ ਰਿਹਾ ਮੰਤਰੀ ਨਹੀਂ ਰਿਹਾ ਵੀ ਮੈਨੂੰ ਪਾਰਟੀ ਦਾ ਪ੍ਰਧਾਨ ਬਣਾਓ ਜਿਹੜੇ ਤੈਨੂੰ ਅਹੁਦਾ ਦਿੱਤਾ ਤੂੰ ਉੱਥੇ ਰਹਿ ਕੇ ਕਰਦੇ ਲੋਕਾਂ ਦਾ ਕੰਮ ਕਰਨਾ ਉੱਥੇ ਤਾਂ ਰਹਿਣਾ ਨਹੀਂਗਾ ਛਲੰਗਾ ਮਾਰਨੀਆਂ ਨਿਗੀਆਂ ਕੁਛ ਨਹੀਂ ਕਰਨਾ ਇਹਨਾਂ ਨੇ ਇਹਨਾਂ ਦੇ ਜੁਮਲੇ ਨੇ ਅਸੀਂ ਜੋ ਕਿਹਾ ਅਸੀਂ ਉਹ ਕਰਕੇ ਦਿਖਾਉਨੇ ਅਸੀਂ ਕਹਾਂ ਜੀ ਤਿੰਨੇ ਕੋਣ ਰੱਦ ਕਰਾ ਕੇ ਆਮੇ ਲੋਕਾਂ ਨੂੰ ਇਹ ਕਿਹਾ ਸੀਗਾ ਹਾਰ ਤਿਆਰ ਰੱਖਿਓ ਜਿੱਤ ਕੇ ਗਲਾਂ ਚ ਪਾ ਦਿਓ ਨਹੀਂ ਸਾਡੀਆਂ ਡੈਡ ਬੋਡੀਜ਼ ਬਾਰੇ ਮੈਂ ਆਪ ਬੋਲਦਾ ਨਹੀਂ ਸਾਡੇ ਲੀਡਰ ਬੋਲਦੇ ਨੇ ਨੇ ਤੁਹਾਡੇ ਸਾਹਮਣੇ ਅਸੀਂ ਮਤਲਬ ਪੰਜਾਬ ਦੇ ਲੋਕਾਂ ਨੂੰ ਇੱਕ ਅਦੋਲਣ ਜਿੱਤ ਕੇ ਦਿੱਤਾ ਹੈ ਭਰਾ ਜੀ 2017 ਦੇ ਵਿੱਚ ਕਾਂਗਰਸ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਹੀ ਮਾਰ ਦਾਂਗੇ ਕੋਈ ਵਾਅਦਾ ਤਾਂ ਪੂਰਾ ਹੋਇਆ ਨਹੀਂ ਹੈਗਾ ਜੀ ਕੱਲੇ ਕਾਂਗਰਸ ਨੇ ਨਹੀਂ ਕੀਤੇ ਮਤਲਬ ਬਾਦਲ ਨੇ ਵੀ ਕੀਤੇ ਕਾਲੀ ਦਾਨ ਨੇ ਵੀ ਕੀਤੇ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਵੀ ਕੀਤੇ ਕਾਂਗਰਸ ਨੇ ਵੀ ਕੀਤੇ ਤੇ ਆਮ ਆਲੇ ਨੇ ਵੀ ਕੀਤੇ ਆਮ ਆਲਾ ਤਾਂ ਆਪਦੇ ਆਗੂ ਨਹੀਂ ਰੱਖ ਸਕਿਆ ਜਿਹੜਾ ਬੰਦਾ ਆਪਦੇ ਵਰਕਰ ਨਹੀਂ ਨਾਲ ਰੱਖ ਸਕਦਾ ਜਿਹੜਾ ਆਪਦੇ ਆਗੂ ਨਹੀਂ ਨਾਲ ਰੱਖ ਸਕਦਾ ਇਦੋਂ ਮਤਲਬ ਮਾੜਾ ਕੰਮ ਕੀ ਹੋਊਗਾ ਰਮਨਜੀਤ ਕਹਿੰਨਾ ਆਪਣੇ ਮਾਨਸਾਂ ਦੀ ਗੱਲ ਕਰ ਲਈਏ ਭਾਈ ਗੁਰਦਾਸ ਕੋਲੇ ਜਿਹੜਾ ਟੋਬਾ ਵੱਡਾ ਜਦੋਂ ਇਲੈਕਸ਼ਨ ਨੇੜੇ ਆ ਜਾਂਦੀ ਹੈ ਉਦੋਂ ਉੱਥੇ ਗੱਲਾਂ ਹੋਣ ਲੱਗ ਜਾਂਦੀਆਂ ਇੱਥੇ ਸੈਰਗਾਹ ਬਣਾ ਦੇਾਂਗੇ ਇੱਥੇ 10 ਕਰੋੜ ਲਾ ਦੇਾਂਗੇ ਹੁਣ ਫਿਰ ਕਹਿੰਦੇ ਦੁਬਾਰੇ 5 ਲੱਖ ਦਾ 5 ਕਰੋੜ ਦਾ ਟੈਂਡਰ ਲਾਇਆ ਗਿਆ ਇਹ ਚੋਣ ਵੇਲੇ ਹੀ ਕਿਉਂ ਹੁੰਦਾ ਡਰਾਮਾ ਸਾਰਾ ਚੋਣ ਸਟ੍ਰੈਂਟ ਹੈ ਇਹ ਪੂਰਾ ਚੋਣ ਸਟ੍ਰੈਂਟ ਹੈਗਾ ਪੂਰਾ ਤੁਹਾਨੂੰ ਕਹਿੰਦੇ ਕਿ ਸਮਝ ਲੈ ਅਸੀਂ ਮੈਂ ਤੁਹਾਡੇ ਨਾਲ ਵਾਦਾ ਕਰਦੇ ਆਂਗੇ ਵੀ ਜੇ ਅਸੀਂ ਆਉਂਦੇ ਆਂ ਮੈਂ ਚਾਰ ਚੀਜ਼ਾਂ ਤੇ ਉੱਥੇ ਵੀ ਗੱਲ ਰੱਖੀ ਐ ਉਹ ਅਸੀਂ ਲਿਖਤੀ ਜੀ ਵੀ ਆਊਗਾ ਚਾਰ ਚੀਜ਼ਾਂ ਬਰੀਤੀ ਬਾਜਰੀ ਸਰਕਾਰ ਆਪ ਵੇਚੂਗੀ ਸ਼ਰਾਬ ਸਰਕਾਰ ਆਪ ਵੇਚੂਗੀ ਕੇਵਲ ਸਰਕਾਰ ਆਪ ਚਲਾਉਗੀ ਜਿੰਨੀ ਟਰਾਂਸਪੋਰਟ ਹੈ ਉਹਦਾ ਕੁਮੀਕਰਨ ਹੋਊਗਾ ਬਿਲਕੁਲ ਨਹੀਂ ਕਿਸੇ ਪ੍ਰਾਈਵੇਟ ਹੱਥਾਂ ਚ ਦੇਵਾਂਗੇ ਕੋਈ ਰਾਜੀ ਰਹੇ ਗੁੱਸੇ ਰਹੇ ਕੁਝ ਹੋਵੇ ਮਤਲਬ ਉਹਨੂੰ ਕਰਕੇ ਚਾਰ ਚੀਜ਼ਾਂ ਤੋਂ ਦੋ ਸਾਲਾਂ ਚ ਕਿਸਾਨਾਂ ਮਜ਼ਦੂਰਾਂ ਦਾ ਦੁਕਾਨਦਾਰ ਦਾ ਸਾਰਾ ਕਰਜ਼ਾ ਇੱਕ ਸਾਲ ਸਾਫ ਕਰਦਾਂਗੇ ਇੱਕ ਸਾਲ ਤੇ ਜਿਹੜਾ ਪੰਜਾਬ ਸਰਕਾਰ ਦੇ ਪੰਜਾਬ ਸਰ ਕਰਜ਼ਾ ਇੱਕ ਸਾਲ ਤੋਂ ਸਾਫ ਕਰਦਾਂਗੇ ਤੇ ਨੌਜਵਾਨਾਂ ਵਾਲੀ ਨੌਕਰੀਆਂ ਬਾਰੇ ਕੀ ਸੋਚਦੇ ਪੂਰਾ ਜੱਟ ਕੇ ਕੋਈ ਇੱਥੇ ਹਿਰਕ ਨੂੰ ਪੱਕੀ ਨੌਕਰੀ ਮਿਲੂਗੀ ਠੇਕੇ ਤੇ ਕੋਈ ਬੰਦਾ ਨਹੀਂ ਰੱਖਿਆ ਜਾਊਗਾ ਜਿੰਨੀ ਨੌਕਰੀਆਂ ਨਹੀਂ ਆ ਨੌਕਰ ਨੌਕਰ 19 ਦਿੱਤੀਆਂ ਜਿੰਨੀਆਂ ਹੋਣਗੀਆਂ ਕਿਸੇ ਵਿਭਾਗ ਵਿੱਚ ਕਿੰਨੇ ਬੰਦੇ ਨੇ ਉੰਨੇ ਰੱਖੇ ਜਾਣਗੇ ਉਹ ਬਾਅ ਕਹਿੰਦੇ ਪੱਕੇ ਰੱਖੇ ਜਾਣਗੇ ਕੱਚੇ ਨਹੀਂ ਰੱਖੇ ਜਾਣਗੇ ਠੇਕਾ ਸਿਸਟਮ ਖਤਮ ਕਰਾਂਗੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਹੈ ਕਿ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚੇ ਨੂੰ ਪੰਜਾਬ ਦੇ ਵਿੱਚ ਵੱਡਾ ਬਹੁਮਤ ਮਿਲੂਗਾ ਤੇ ਮੋਰਚਾ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਜਿਹੜੇ 70 ਸਾਲਾਂ ਤੋਂ ਮਸਲੇ ਲਮਕੇ ਹੋਏ ਨੇ ਨੌਕਰੀਆਂ ਦੀ ਗੱਲ ਕਰ ਲਈਏ ਵਿਕਾਸ ਦੀ ਗੱਲ ਕਰ ਲਈਏ ਜਾਂ ਹੋਰ بڑے ਮੁੱਦੇ ਨੇਗੇ ਉਹ ਸਾਰੇ ਮਸਲਿਆਂ ਦਾ ਹੱਲ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ